ਹਰ ਸਾਲ ਫਿਲਮਾਂ ਆਉਂਦੀਆਂ ਜਾਂਦੀਆਂ ਔਰ ਬਹੁਤ ਸਾਰੀਆਂ ਫਿਲਮਾਂ ਦਾ ਬਾਈਕਾਟ ਹੁੰਦਾ ਸਾਸ਼ਟਰੀ ਕਾਲ ਜੀ ਤੁਸੀਂ ਦੇਖ ਰਹੇ ਆ ਪੰਜਾਬ ਮੀਲ ਯੂਐਸਏ ਟੀਵੀ ਤੇ ਮੈਂ ਬਰਨ ਕੋਰਮਾਨ ਬਾਲੀਵੁੱਡ ਦੇ ਵਿੱਚ ਨਾ ਇਸ ਸਾਲ ਕਈ ਵਿਵਾਦ ਦੇਖਣ ਨੂੰ ਮਿਲੇ ਫਿਰ ਭਾਵੇਂ ਉਹ ਗੀਤਾਂ ਦੇ ਬਾਈਕਾਟ ਦਾ ਹੋਣ ਤੇ ਜਾਂ ਫਿਰ ਪਾਨ ਮਸਾਲਾ ਦੀ ਐਡ ਦਾ ਜਿੱਥੇ ਇੱਕ ਪਾਸੇ ਅਕਸ਼ੇ ਕੁਮਾਰ ਨੂੰ ਪਾਨ ਮਸਾਲਾ ਦੀ ਐਡ ਕਰਨ ਦੇ ਲਈ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ ਉਤੇ ਦੂਜੇ ਪਾਸੇ ਆਪਣੇ ਨਿਊਡ ਫੋਟੋ ਸ਼ੂਟ ਦੇ ਨਾਲ ਰਣਵੀਰ ਸਿੰਘ ਵੀ ਲੋਕਾਂ ਦੇ ਨਿਸ਼ਾਨੇ ਤੇ ਰਹੇ ਸੋ ਕੁਝ ਵਿਵਾਦ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬੇਸ਼ਰਮ ਰੰਗ ਗੀਤ ਦਾ ਵਿਵਾਦ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਹ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਨਾ ਰਿਲੀਜ਼ ਹੋਣ ਤੋਂ ਪਹਿਲਾਂ ਇਹ ਫਿਲਮ ਵਿਵਾਦਾਂ ਦੇ ਵਿੱਚ गिर ਚੁੱਕੀ ਹੈ ਫਿਲਮ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੰਤਰੀ ਨਰੋਤਮ ਮਿਸ਼ਰਾ ਨੇ ਇਤਰਾਜ਼ ਜਤਾਇਆ ਸੀ ਉਹਨਾਂ ਦਾ ਵਿਰੋਧ ਭਗਵੇਂ ਰੰਗ ਦੀ ਬਿਕਨੀ ਨੂੰ ਲੈ ਕੇ ਜੋ ਗੀਤ ਵਿੱਚ ਦੀਪਿਕਾ ਪਾਦੂਕੋਨ ਨੇ ਪਹਿਨੀ ਹੋਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਸੀਨ ਨੂੰ ਨਾ ਹਟਾਇਆ ਗਿਆ ਤਾਂ ਉਹ ਮੱਧ ਪ੍ਰਦੇਸ਼ ਵਿੱਚ ਫਿਲਮ ਤੇ ਪਾਬੰਦੀ ਲਗਾ ਦੇਣਗੇ ਵਿਵਾਦ ਅਜੇ ਵੀ ਜਾਰੀ ਹੈ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਆਊਟਫਿਟਸ ਨੂੰ ਲੈ ਕੇ ਹਮੇਸ਼ਾ ਲੋਕਾਂ ਦੇ ਨਿਸ਼ਾਨੇ ਤੇ ਰਹਿੰਦੇ ਆ ਪਰ ਜਦੋਂ ਉਹਨਾਂ ਨੇ ਆਪਣਾ ਨਿਊਡ ਫੋਟੋ ਸ਼ੂਟ ਕਰਵਾਇਆ ਤਾਂ ਸੋਸ਼ਲ ਮੀਡੀਆ ਤੇ ਸਾਲ 2022 ਦੇ ਵਿੱਚ ਮੀਮਸ ਤੇ ਟਰੋਲਸ ਦਾ ਹੜ ਆ ਗਿਆ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ ਇਸ ਤੋਂ ਇਲਾਵਾ ਕਈ ਲੋਕਾਂ ਨੇ ਉਹਨਾਂ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਵੀ ਲਗਾਇਆ ਕਸ਼ਮੀਰੀ ਪੰਡਤਾਂ ਦੇ ਮੁੱਦੇ ਤੇ ਬਣੀ ਫਿਲਮ ਦਾ ਕਸ਼ਮੀਰ ਫਾਈਲਜ਼ ਨੂੰ ਦੇਸ਼ ਭਰ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ ਫਿਲਮ ਦੀ ਸਫਲਤਾ ਦੇ ਨਾਲ ਕੁਝ ਸਮੂਹਾ ਦੇ ਵੱਲੋਂ ਇਸ ਦਾ ਭਾਰੀ ਵਿਰੋਧ ਵੀ ਸਾਲ 2022 ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਵਿੱਚ ਇਜ਼ਰਾਈਲ ਫਿਲਮ ਨਰਮਾਤਾ ਲਡਾਵ ਲਾਪਦ ਨੇ ਫਿਲਮ ਨੂੰ ਬਲਗਰ ਕਰਾਰ ਦਿੱਤਾ ਇਸ ਤੋਂ ਬਾਅਦ ਮਾਮਲਾ ਕਾਫੀ ਵਧਿਆ ਪਰ ਵਿਵੇਕ ਅਗਨੀ ਹੋਤਰੀ ਲਗਾਤਾਰ ਆਪਣੀ ਫਿਲਮ ਦਾ ਬਚਾਅ ਕਰਦੇ ਨਜ਼ਰ ਆਏ ਬਾਲੀਵੁੱਡ ਅਦਾਕਾਰਾਂ ਤੇ ਮਨੀ ਲਾਂਡਰਿੰਗ ਦਾ ਮਾਮਲਾ ਠੱਗ ਸੁਕੇਸ਼ ਚੰਦਰ ਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ED ਨੇ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਜੈਕਲਿਨ ਫਰਨਾਂਡੇਸ ਤੇ ਨੋਰਾ ਫਤੇਹੀ ਤੋਂ ਪੁਸ਼ਕਿਸ਼ ਕੀਤੀ ਦੋਵਾਂ ਅਦਾਕਾਰਾਂ ਦੀਆਂ ਮੁਸ਼ਕਲਾਂ ਇਸ ਦੌਰਾਨ ਵੱਧਦੀਆਂ ਹੀ ਨਜ਼ਰ ਆਈਆਂ ਜੈਕਲਿਨ ਦੀਆਂ ਮੁਸ਼ਕਲਾਂ ਉਦੋਂ ਵਧੀਆਂ ਜਦੋਂ ਸੁਕੇਸ਼ ਨਾਲ ਉਹਨਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਗਈਆਂ ਸੋਸ਼ਲ ਮੀਡੀਆ 'ਤੇ ਸੋਸ਼ਲ ਮੀਡੀਆ 'ਤੇ ਅਦਾਕਾਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਵਿੱਚ ਕੁਝ ਹੋਰ ਅਦਾਕਾਰਾਂ ਦੇ ਨਾਮ ਵੀ ਸਾਹਮਣੇ ਆਏ ਜਦੋਂ ਅਜੇ ਦੇਵਗਾਨ ਨੇ ਪਾਨ ਮਸਾਲਾ ਦਾ ਐਡ ਕੀਤਾ ਸੀ ਤਾਂ ਕਾਫੀ ਹੰਗਾਮਾ ਹੋਇਆ ਸੀ ਪਰ ਉਸ ਤੋਂ ਬਾਅਦ ਸ਼ਾਹਰੁਖ ਖਾਨ ਜੁੜੇ ਤੇ ਫਿਰ ਉਹਨਾਂ ਦੇ ਨਾਲ ਅਕਸ਼ੇ ਕੁਮਾਰ ਵੀ ਜੁੜੇ ਐਡ ਵਿੱਚ ਤਿੰਨੇ ਵੱਡੇ ਸੁਪਰਸਟਾਰ ਇਕੱਠੇ ਨਜ਼ਰ ਆਏ ਪਰ ਦਰਸ਼ਕ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਲੋਕਾਂ ਨੇ ਅਕਸ਼ੇ ਕੁਮਾਰ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ ਰਾਸ਼ਟਰ ਦੇ ਅਹਿਮ ਮੁੱਦੇ ਤੇ ਫਿਲਮ ਬਣਾਉਣ ਵਾਲੇ ਅਕਸ਼ੇ ਕੁਮਾਰ ਨੂੰ ਪਾਨ ਮਸਾਲਾ ਦੀ ਐਡ ਕਰਨ ਦੀ ਕੀ ਲੋੜ ਪੈ ਗਈ ਜਦੋਂ ਅਕਸ਼ੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਲੋਕਾਂ ਤੋਂ ਫਿਰ ਮਾਫੀ ਵੀ ਮੰਗੀ। ਸਾਲ 2022 ਦੇ ਦੌਰਾਨ ਫਿਲਮ ਆਉਂਦੀ ਹੈ ਲਾਲ ਸਿੰਘ ਛੱਡਾ ਪੰਜਾਬ ਦੇ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਉਸ ਦਾ ਵਿਰੋਧ ਹੁੰਦਾ ਹੈ। ਅਮੀਰ ਖਾਨ ਦੀ ਫਿਲਮ ਲਾਲ ਸਿੰਘ ਛੱਡਾ ਨੂੰ ਸੋਸ਼ਲ ਮੀਡੀਆ ਤੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਫਿਲਮਾਂ ਦੇ ਆਕੇ ਵਿਵਾਦ ਨੇ ਤੂਲ ਉਦੋਂ ਫੜੀ ਜਦੋਂ ਅਮੀਰ ਖਾਨ ਦਾ ਸਾਲ 2015 ਦਾ ਭਾਸ਼ਣ ਦੀਖ ਹੋ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਪਤਨੀ ਨਾਲ ਦੇਸ਼ ਛੱਡਣ ਦੀ ਗੱਲ ਕਹੀ ਸੀ ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਪੀਕੇ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਲੋਕਾਂ ਦਾ ਮੰਨਣਾ ਸੀਗਾ ਕਿ ਫਿਲਮ ਵਿੱਚ ਅਮੀਰ ਖਾਨ ਨੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਇਸ ਤੋਂ ਬਾਅਦ ਅਮੀਰ ਨੇ ਇਸ ਤੇ ਮਾਫੀ ਵੀ ਮੰਗੀ